ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਰੇਸਰ ਬਾਈਕਰ ਨੇ ਸਕੂਟੀ ਸਵਾਰ ਮਾਂ ਪੁੱਤ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਮਾਂ ਦੀ ਮੌਤ ਹੋ ਗਈ ਹੈ ਅਤੇ ਰੇਸਰ ਬਾਈਕ ਚਾਲਕ ਦੀ ਵੀ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਦੱਸ ਦਈਏ ਕਿ ਐਤਵਾਰ ਦੇ ਦਿਨ ਅਕਸਰ ਕਿਹਾ ਜਾਂਦਾ ਹੈ ਕਿ ਇਸ ਰੋਡ ਦੇ ਉੱਤੇ ਤੇਜ਼ ਰਫ਼ਤਾਰ ਦੇ ਉੱਤੇ ਕਾਫ਼ੀ ਬਾਈਕ ਲੰਘਦੇ ਨੇ ਅਤੇ ਜਿਵੇਂ ਹੀ ਅੱਜ ਵੀ ਇਹ ਬਾਈਕ ਨਿਕਲ ਰਿਹਾ ਸੀ ਕਾਫ਼ੀ ਸਪੀਡ ਸੀ ਇਸਦੀ ਅਤੇ ਇਸਨੇ ਨਾਲ ਹੀ ਮਾਂ ਪੁੱਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜੋ ਕਿ ਇੱਕ ਸਕੂਟੀ ਦੇ ਉੱਤੇ ਸਵਾਰ ਸੀ ਜਿਸ ਦੇ ਵਿੱਚ ਮਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ ਜਦਕਿ ਬੇਟੇ ਦਾ ਇਲਾਜ ਜੋ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ। ਕਾਫ਼ੀ ਗੰਭੀਰ ਰੂਪ ਨਾਲ ਉਹ ਜ਼ਖਮੀ ਹੋਇਆ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਿਵੇਂ ਹੀ ਰੇਸਰ ਬਾਈਕ ਜ਼ਮੀਨ ਦੇ ਉੱਤੇ ਡਿੱਗਦਾ ਹੈ ਤਾਂ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਰੇਸਰ ਬਾਈਕ ਚਾਲਕ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਮੌਕੇ ਦੇ ਉੱਤੇ ਲੋਕ ਪਹੁੰਚੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਏ ਐਤਵਾਰ ਇੱਥੋਂ ਕਾਫ਼ੀ ਸਪੀਡ ਦੇ ਉੱਤੇ ਇਹ ਬਾਈਕ ਨਿਕਲਦੇ ਨੇ। ਹਾਲਾਂਕਿ ਜਦੋਂ ਇਹ ਅੱਜ ਹਾਦਸਾ ਵਾਪਰਿਆ ਤਾਂ ਉਸ ਸਮੇਂ ਇੱਕ ਕਾਫ਼ੀ ਤੇਜ਼ ਧਮਾਕਾ ਹੁੰਦਾ ਜਿਸ ਨੂੰ ਸੁਣ ਕੇ ਉਹ ਮੌਕੇ ਦੇ ਉੱਤੇ ਸੜਕ 'ਤੇ ਪਹੁੰਚਦੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ 150 ਤੋਂ ਉੱਪਰ ਦੀ ਸਪੀਡ ਦੇ ਉੱਤੇ ਇਹ ਬਾਈਕ ਚੱਲ ਰਿਹਾ ਸੀ ਅਤੇ ਜਦੋਂ ਇਸ ਤੋਂ ਨਾ ਸੰਭਲਿਆ ਤਾਂ ਇਸਨੇ ਨਾਲ ਹੀ ਜਾ ਰਹੇ ਮਾਂ ਪੁੱਤ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਸਮਰਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਬਾਈਕ ਦਾ ਕਹਿਰ ਦੇਖਣ ਨੂੰ ਮਿਲਿਆ। ਬਾਈਕਰ ਵੱਲੋਂ ਜੋ ਲਗਾਤਾਰ ਰੇਸਿੰਗ ਕੀਤੀ ਜਾ ਰਹੀ ਸੀ ਅਤੇ ਉਸਦੇ ਵਿੱਚ ਇੱਕ ਬਾਈਕ ਬੇਕਾਬੂ ਹੋ ਕੇ ਸੜਕ ਦੇ ਸਾਈਡ ਦੇ ਵਿੱਚ ਜਾ ਰਹੇ ਸਕੂਟੀ ਸਵਾਰ ਮਾਂ ਪੁੱਤ ਨੂੰ ਟੱਕਰ ਮਾਰ ਦਿੰਦਾ ਜਿਸ ਦੇ ਵਿੱਚ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜਦਕਿ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਹਾਲਾਂਕਿ ਇਸ ਹਾਦਸੇ ਦੇ ਵਿੱਚ ਰੇਸਰ ਬਾਈਕ ਚਾਲਕ ਦੀ ਵੀ ਮੌਤ ਹੋ ਗਈ ਹੈ। ਇਹ ਦੁਰਘਟਨਾ ਦੇਖੋ, ਇੱਕ ਧਮਾਕਾ ਹੋਇਆ, ਅਸੀਂ ਤਾਂ ਨਗਨ ਵਾਸੀ ਹਾਂ, ਅਸੀਂ ਥੋੜ੍ਹੀ ਦੇਰ ਬਾਅਦ ਪਹੁੰਚੇ ਹਾਂ। ਆਉਣ 'ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ, ਮੇਰਾ ਖਿਆਲ ਹੈ 150 ਅਬਾਵ ਉਹਨਾਂ ਦੀ ਸਪੀਡ ਹੁੰਦੀ ਹੈ, ਉਹਨਾਂ ਦੇ ਨਾਲ ਕੋਈ ਐਕਟਿਵਾ 'ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ, ਉਹ ਟਕਰਾਏ ਆ ਇਹਨਾਂ ਨਾਲ, ਜਿਹ 'ਚੋਂ ਮਾਂ ਤਾਂ ਚੱਲ ਵਸੀ ਹੈ ਅਤੇ ਬੱਚੇ ਦੇ ਸੀਰੀਅਸ ਸੱਟਾਂ ਨੇ, ਅਤੇ ਜਿਹੜਾ ਬਾਈਕਰ ਹੈ ਉਹ ਵੀ ਬਚਿਆ ਨਹੀਂ। ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਹੈ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ, ਉਲਟਾ ਸਾਨੂੰ ਕੋਈ ਇੱਥੇ ਰੋਕਿਆ, ਸ਼ਾਇਦ ਪੁਲਿਸ ਮੁਲਾਜ਼ਮ ਰੱਖਦਾ ਸੀ, ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ, ਅਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ, ਇਸ ਕਿ ਫੋਨ 'ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ, ਪਰ ਉਹ ਨਹੀਂ ਦਿਖਾ ਸਕੇ। ਅਤੇ ਉਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐਤਵਾਰ ਨੂੰ ਸੜਕਾਂ 'ਤੇ ਘੁੰਮਦੇ ਨੇ, ਇਹਨਾਂ ਨੂੰ ਰੋਕਿਆ ਜਾਵੇ। ਦੇਖੋ ਹੁਣ ਦੋ ਜਾਨਾਂ ਗਈਆਂ ਨੇ, ਹੋਰ ਵੀ ਜਾ ਸਕਦੀਆਂ ਸੀ, ਕੁਛ ਵੀ ਹੋ ਸਕਦਾ ਸੀ। ਲਗਭਗ ਕੀ ਟਾਈਮ ਹੋ ਗਿਆ, 40-45 ਮਿੰਟ ਪਹਿਲਾਂ ਦੀ ਗੱਲ ਹੋ ਗਈ। ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ, ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ। ਦੇਖੋ ਐਗਜੈਕਟਲੀ ਆਈ ਕਾਂਟ ਟੈਲ, ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ, ਜੋ ਸੁਣਿਆ ਉਹ ਦੱਸਦਾ ਤੁਹਾਨੂੰ। ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ, ਮਾਂ ਪੁੱਤ ਸੀਗੇ, ਮਾਂ ਮੌਕੇ ਤੇ ਮਰ ਗਈ ਆ, ਬਾਈਕਰ ਵੀ ਮੌਕੇ ਤੇ ਮਰ ਗਿਆ, ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਨੇ। ਮੇਰਾ ਨਾਮ ਏਸੇ ਤਰਸੇਮ ਨਾਲ ਆ ਜੀ, ਸਾਡੀ SS ਟੀਮ ਸਮਰਾਲਾ ਜੀ। ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਟਾਲਾ ਵਿੱਚ, ਕੀ ਹੈਗੀ ਆ ਡਿਟੇਲ ਉਹਦੀ? ਉਹ ਡਿਟੇਲ ਆ ਜੀ, ਆਪਸ ਵਿੱਚ ਹੀ ਦੋ ਵਹੀਕਲ ਟਕਰਾ ਗਏ ਜੀ, ਅਤੇ ਇੱਕ ਲੇਡੀ ਅਤੇ ਇੱਕ ਬੰਦੇ ਦੀ ਡੈਥ ਹੋ ਗਈ ਜੀ। ਹਾਂਜੀ, ਆਪਣੇ ਇਹ ਬਾਈਕਰ ਸੀਗੇ ਜੀ ਜਿਹਨਾਂ ਨਾਲ ਟੱਕਰ ਹੋਈ ਹੈ?
ਇੱਕ ਰੇਸਰ ਮੋਟਰਸਾਈਕਲ ਸੀਗਾ ਜੀ। ਹਾਂਜੀ, ਇਹ ਕਿੱਧਰੋਂ ਆ ਰਹੇ ਸੀ, ਕਿੱਧਰ ਨੂੰ ਜਾਣਾ ਸੀਗਾ ਜੀ ਇਹਨਾਂ ਨੇ? ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ, ਲੁਧਿਆਣੇ ਤੋਂ ਆ ਰਹੇ ਸੀ। ਅਤੇ ਜਿਹੜੀ ਦੂਸਰੀ ਐਕਟਿਵਾ ਸੀ ਉਹ ਕਿੱਥੋਂ ਆ ਰਹੀ ਸੀਗੀ? ਉਹ ਆਪਣੇ ਕ੍ਰੋਸ ਕਰ ਰਹੀ ਸੀਗੀ ਕੱਟ। ਓਕੇ, ਆਪਣੇ ਕੋਈ ਜ਼ਖਮੀ ਵੀ ਹੋਇਆ? ਹਾਂਜੀ, ਇੱਕ ਜ਼ਖਮੀ ਹੋਇਆ ਜੀ, ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ। ਕਿੰਨੀ ਕੁ ਉਮਰ ਹੈ ਜੀ ਲੇਡੀ ਦੀ? ਲੇਡੀ ਦੀ ਉਮਰ 45 ਸਾਲ ਦੱਸ ਦਿਓ ਜੀ। ਕਿੰਨੇ ਕੁ ਵਜੇ ਦਾ ਹਾਦਸਾ ਜੀ? 8 ਵਜੇ ਦਾ ਜੀ, 8 ਸਵੇਰ ਦਾ ਜੀ।